मीह पैंदा वा, कवर लाता इन्होंने गड्डी तो करनगे स्टार्ट। आकाश भी जाऊगा नाल। आ स्मेल कर दी आंदी आ, बारिश करके ना पासे दी स्मेल आंदी आ। कपड़ा फेर लो, जाऊन प्लीज सुका लो। सो हाँ जी गाइस, ते मैं गई नहीं गई, कपड़े मैं चेंज कर ले सी, ते मैं सोचा सी मैं चलो फिर बाकी जाऊंगी, ते ये चले गए थे, ते सारे जाने चले गए थे, पर मैं रह गई सी मेरे को लेके नहीं रह गई। सो पर मेरे लिए लेके आया बर्गर, ते हुण आपां पीने चाह दे नाल बर्गर। हारमन दुध लाया पहला, फिर तू चाह पी लिया, कि तेरा बर्गर पिया वा। आ चाह पई आ, ते आ मेरा बर्गर आ। हाँ जी बिची पे फ्रिज दे खा लो। मेरी सॉस कितने है? मेरी सॉस नहीं है ये लिफाफे के बिच ही आना, मैं लेके नहीं आई। बर्गर इन्ने स्वाद है ना, बहुत ही स्वाद है। मेरा जी करता है बर्गर की दुकान खोलवा। वीडियो भी है, सो तुसी कमेंट करके जरूर दस्सिओ वी बर्गर की दुकान खोल दी है, ते तुसी सारे जाने मेरे कोल बर्गर खाण आए। इदन करे मु ਵਧੀਆ ਵਾ। ਖੋਲ ਲਈਏ ਫਿਰ ਆਪਾਂ ਦੁਕਾਨ ਬਰਗਰ ਦੀ, ਵਧੀਆ ਚੱਲੂਗੀ। ਕੀ ਕਹਿੰਦੇ ਹੋਰ ਚੱਲੀ? ਅਰਮਨ ਲਗਾ ਖਾਣ ਹੁਣ ਬਰਗਰ। ਅਰਮਨ ਪਾ ਕੇ ਲਿਆ ਵਾਈਟ ਸੌਸ। ਉਹਨੇ ਦੇਖ ਲੈ ਇੰਨੀ ਵਾਰ, ਬਹੁਤ ਵਾਰ ਨਾ ਮਹਾਰਾਣਾ ਪ੍ਰਤਾਪ ਨੂੰ ਬਚਾਇਆ, ਦੇਖ ਲੈ ਇਹਨੇ ਮੰਮੀ ਨੇ ਦਾਦੇ ਮੰਮੀ ਨੇ ਸਾਜੀ ਕਰ ਲਏ। ਕਿਹੜੀ ਗੱਲ ਕਹਿੰਦਾ ਸੀ ਮਹਾਰਾਣਾ ਪ੍ਰਤਾਪ ਦੀ? ਸਾਡੇ ਜਵਾਕ ਨਹੀਂ ਬਲੌਗ ਬਣਾ ਸਕਦੇ, ਜੇ ਕੁਛ ਗੱਲ ਕਰਦੇ ਆ ਨਾ, ਜੇ ਮੈਂ ਕੈਮਰਾ ਆਨ ਕਰਦੇ ਨੇ ਇਹਨਾਂ ਦੇ ਮੂਹਰੇ, ਦਿਲ ਚੁੱਪ ਕਰ ਜਾਂਦੇ ਆ, ਕਹਿ ਦਿੰਦੇ ਹੋਰ ਗੱਲ ਨੂੰ ਪਟਾ ਦਿੰਦੇ ਆ, ਫਿਰ ਅਸੀਂ ਗੱਲ ਕਰੀ ਚਲੋ ਨਾ, ਇਹਦੇ 'ਚ ਕੀ ਆ? ਆਪਾਂ ਘਰਦਿਆਂ ਨਾਲ ਗੱਲ ਕਰਦੇ, ਸਾਰੀ ਫੈਮਿਲੀ ਤੁਹਾਡੇ ਸਾਰਿਆਂ ਨਾਲ ਗੱਲ ਸ਼ੇਅਰ ਹੋ ਜੂਗੀ। ਦੱਸਦੇ ਹੁਣ ਕੀ ਕਹਿੰਦਾ ਸੀ ਆ ਨਰਮਨ, ਇੱਦਾਂ ਹੀ ਬਲੌਗ ਚੱਲਣੇ ਆਪਣੇ। ਊਂ ਤਾਂ ਕਹਿੰਦਾ ਰਹਿਣਾ ਬਲੌਗ ਪਾਓ ਬਣਾਓ। ਅੱਜ ਇੱਕ ਗੱਲ ਦੱਸਾਂ ਅਰਮਨ, ਇੱਕ ਗੱਲ ਦੱਸਾਂ। ਲੱਖੀ ਮਾਸੀ ਵੱਲ ਤਾਂ ਲੱਖੀ ਮਾਸੀ ਦਾ ਫੋਨ ਆਇਆ, ਕਹਿੰਦੀ ਅਰਮਨ ਦਾ ਵਿਆਹ ਵਾ। ਮੈਂ ਕਿਹਾ ਆਹੋ ਵਿਆਹ ਵਾ, ਆ ਜਾਓ। ਮੈਂ ਤੈਨੂੰ ਕਿਹਨੇ ਦੱਸਿਆ ਵਾ ਵੀ? ਦੱਸ ਜੇ ਵਿਆਹ ਹੋਊ ਤਾਂ ਅਸੀਂ ਆਪ ਨਾ ਦੱਸਾਂਗੇ, ਆਪ ਹੀ ਗੱਲਾਂ ਕਰੀ ਜਾਂਦੇ, ਆਪ ਹੀ ਬਣਾਈ ਜਾਂਦੇ ਆ ਵਿਆਹ। ਅਰਮਨ ਦਾ ਵਿਆਹ ਕਰਾਰੇ, ਇੰਨੇ ਕਰਾਰੇ ਸੀ ਨਾ ਬਰਗਰ। ਸੋ ਗਾਇਸ ਢਿੱਡ ਭਰ ਗਿਆ ਨਾ, ਹੁਣ ਰੋਟੀ ਖਾਣ ਦਾ ਵੀ ਜੀ ਨਹੀਂ ਕਰਦਾ। ਮੈਂ ਤਾਂ ਰੋਟੀ ਖਾਣੀ ਨਹੀਂ, ਰੋਟੀ ਮੈਂ ਬਣਾਤੀ ਆ, ਲੈ ਕੇ ਵੀ ਇੱਕ ਤਾਂ ਸ਼ਾਮ ਦੇ ਟਾਈਮ ਆਇਆ, ਰੋਟੀ ਦੇ ਟਾਈਮ ਤੇ ਲੈ ਕੇ ਆਇਆ ਸ਼ਾਮ ਨੂੰ। ਸੋ ਉੱਥੋਂ ਦੀ ਮਿਲੀ ਚਾਹ ਅਤੇ ਬਰਗਰ ਖਾ ਕੇ ਇੱਕ ਇੱਕ ਬਰਗਰ ਨਾਲ ਟਿੱਕੀ ਲਾ ਦੀ। ਸੋ ਗਾਇਸ ਨਾ, ਮੈਂ ਮੇਰਾ ਜੀ ਕਰਦਾ ਮੈਂ ਬਰਗਰ ਦੀ ਰੇਹੜੀ ਲਾਵਾਂ। ਹੱਸਦਾ ਮੈਂ, ਰੇਹੜੀ ਲਾਈਏ ਕਿ ਕੀ ਕਰੀਏ, ਦੁਕਾਨ ਪਾਈਏ? ਦੁਕਾਨ ਸੋ ਗਾਈਸ, ਜਵਾਕ ਮੇਰੇ ਨਾਲ ਪਿਆਰ ਆ, ਕਹਿੰਦੇ ਦੁਕਾਨ ਪਾ ਲਓ ਚਾਹੇ ਰੇਹੜੀ ਪਾ ਲਓ, ਵੀ ਅਸੀਂ ਤੇਰੇ ਨਾਲ ਆ। ਸੋ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਬਰਗਰ ਦੀ ਪਾਈਏ ਜਾਂ ਦੋ ਤਾਂ ਕਾਫੀ, ਮੈਂ ਤੁਹਾਨੂੰ ਦੱਸ ਦਿਆਂ ਵੀ ਕਿਹੜੀ ਕਿਹੜੀ ਜੀ ਅਸੀਂ ਗੱਲ ਕਰਦੇ ਹਾਂ। ਇੱਕ ਬਰਗਰ ਹੋ ਗਿਆ ਅਤੇ ਇੱਕ ਹੋ ਗਏ ਮੋਮੋਸ ਅਤੇ ਇੱਕ ਕੀ ਕਹਿੰਦੇ ਸੀ ਅਰਮਨ, ਡੋਸਾ ਡੋਸਾ ਅਤੇ ਪੀਜ਼ਾ। ਇਹ ਚਾਰ ਚੀਜ਼ਾਂ ਵਾ, ਇਹਨਾਂ ਦੇ ਵਿੱਚੋਂ ਇੱਕ ਚੀਜ਼ ਆਪਾਂ ਕਰਾਂਗੇ, ਤੁਸੀਂ ਦੱਸ ਦਿਓ ਵੀ ਕਿਹੜੀ ਬਣਾਈਏ, ਕਿਹਦੀ ਦੁਕਾਨ ਪਾਈਏ, ਅਤੇ ਫਿਰ ਤੁਸੀਂ ਸਾਰੇ ਜਾਣੇ ਵਿਜਿਟ ਕਰਿਆ ਕਰੋ ਸਾਡੇ ਠੇਲੇ 'ਤੇ, ਮੇਰੀ ਦੁਕਾਨ 'ਤੇ। ਸੋ ਗਾਇਸ ਅਰਮਨ ਪਾ ਲਈਏ ਫਿਰ। ਸੋ ਗਾਇਸ ਦੇਖ ਸਕਦੇ ਹੋ ਕਿੰਨੀ ਬਾਰਿਸ਼ ਹੋ ਰਹੀ ਅੱਜ ਫਿਰ,
मी मौसम बारिश किन्नी पै रही है समाप्त करते हैं। मिलते हैं नेक्स्ट व्लॉग के। जब तक बाय बाय।